ਕਰਦੇ ਆ ਤੇ ਤੁਹਾਨੂੰ ਅਸੀਂ ਸਿੱਧੇ ਲੈ ਚੱਲਦੇ ਆ ਅੰਮ੍ਰਿਤਸਰ ਗੁਰੂਆਂ ਪੀਰਾਂ ਦੀ ਧਰਤੀ ਤੇ ਜਿੱਥੇ ਕਿ ਸਾਡੇ ਨਾਲ ਪੱਟੀ ਸਾਹਿਬ ਜੁੜੇ ਹੋ ਤੇ ਤੁਹਾਡੇ ਰੂਬਰੂ ਕਰਾਉਂਦੇ ਆ ਕਿ ਉਹ ਸਾਡੇ ਲਈ ਅੱਜ ਕੀ ਲੈ ਕੇ ਆਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੁਹਾਡਾ ਜੀ ਬਹੁਤ ਬਹੁਤ ਸਵਾਗਤ ਆ ਸਿੱਖ ਚੈਨਲ ਦੇ ਵਿਹੜੇ ਦੇ ਵਿੱਚ। ਤੁਸੀਂ ਸਾਡੇ ਲਈ ਟਾਈਮ ਕੱਢਦੇ ਆ ਤੇ ਅੱਜ ਜਿਹੜਾ ਕਿ ਤੁਸੀਂ ਅੰਮ੍ਰਿਤਸਰ ਗੁਰੂਆਂ ਦੀ ਜਿਹੜੀ ਧਰਤੀ ਹੈਗੀ ਆ, ਪਵਿੱਤਰ ਧਰਤੀ, ਉੱਥੋਂ ਬੋਲ ਰਹੇ ਆ ਤੇ ਅੱਜ ਜਿਹੜਾ ਮੇਰਾ ਪਹਿਲਾ ਕੁਐਸਚਨ ਹੈਗਾ ਕਿ ਜਿਹੜਾ ਸਾਡੀ ਸਿੱਖ ਜਿਹੜੀ ਸੰਗਤ ਹੈਗੀ ਉਹਦੇ ਲਈ ਬੜੀ ਖੁਸ਼ੀ ਦਾ ਕੁਐਸਚਨ, ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹਦਾ ਜਵਾਬ ਦਿਓ ਕਿ ਜਿਹੜੇ ਅਸੀਂ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਜਿਹੜੀ ਹੈਗੀ ਹੈ ਸਾਂਝਾ ਜਿਹੜਾ ਸਮਾਗਮ ਜਿਹੜਾ ਉਹਨਾਂ ਨੇ ਮਨਾਉਣਾ ਹੈਗਾ ਉਹਦੇ ਬਾਰੇ ਵਿੱਚ ਸਾਡੀ ਸੰਗਤ ਨਾਲ ਥੋੜ੍ਹੀ ਅਪਡੇਟ ਦੱਸੋ। ਵੇਖੋ ਜੀ, ਇਹ ਸਾਂਝਾ ਸਮਾਗਮ ਬਣਾਉਣ ਵਾਸਤੇ ਪਹਿਲਕਦਮੀ ਕੀਤੀ ਸੀ ਜਹਿਦ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜੀ। ਉਹਨਾਂ ਨੇ ਇੱਕ ਸੰਦੇਸ਼ ਦਿੱਤਾ, ਇੱਕ ਹਦਾਇਤ ਕੀਤੀ ਵੀ ਸ਼੍ਰੋਮਣੀ ਕਮੇਟੀ ਦੀ ਸਰਕਾਰ ਜਿਹੜੀ ਸੀ ਇਹ ਸਮਾਗਮ ਸਾਂਝੇ ਰੂਪ ਵਿੱਚ ਮਨਾਵੇ। ਮੈਂ ਅੱਗੇ ਵੀ ਕਈ ਵਾਰੀ ਕਹਿ ਚੁੱਕਾ ਵੀ 1979 ਦੇ ਵਿੱਚ ਜਦੋਂ 500 ਸਾਲਾਂ ਮਨਾਇਆ ਗਿਆ ਸੀ ਉਦੋਂ ਸਰਕਾਰ ਨੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਰਲ ਕੇ ਬਣਾਇਆ ਸੀ। ਹਾਂਜੀ, ਉਹਨਾਂ ਕਿ ਉਸੇ ਪੈਟਰਨ ਤੇ ਬਣਾਇਆ ਜਾਵੇ, ਚੰਗੀ ਗੱਲ। ਤੇ ਉਹਨਾਂ ਨੇ ਇਸ ਉਹਨਾਂ ਦੇ ਸੰਦੇਸ਼ ਤੋਂ ਬਾਅਦ ਜੈਸੀ ਇੱਕ ਸਰਕਾਰ ਨੇ ਹਮੀ ਭਰੀ ਸੀ ਅਸੀਂ ਤਿਆਰ ਹਾਂ, ਤੇ ਸਰਕਾਰ ਨੇ ਤੇ ਇੱਕ ਸ਼੍ਰੋਮਣੀ ਕਮੇਟੀ ਰਲ ਕੇ ਇੱਕ ਕਮੇਟੀ ਬਣਾਈ ਸੀ ਜਹਿਦ ਅਕਾਲ ਤਖ਼ਤ ਵੱਲੋਂ। ਉਹਦੇ ਵਿੱਚ ਦੋ ਮੈਂਬਰ ਸ਼੍ਰੋਮਣੀ ਕਮੇਟੀ ਦੇ ਸੀ, ਜਿਹਦੇ ਵਿੱਚ ਇੱਕ ਬੀਬੀ ਜਗੀਰ ਕੌਰ ਤੇ ਇੱਕ ਸਾਡੇ ਤੋਤਾ ਸਿੰਘ ਜੀ, ਇਹ ਦੋਵੇਂ SCPC ਮੈਂਬਰ ਨੇ। ਦੂਜੇ ਪਾਸੇ ਪੰਜਾਬ ਸਰਕਾਰ ਤੋਂ ਚਰਨਜੀਤ ਸਿੰਘ ਚੰਨੀ ਜਿਹੜੇ ਸਾਡੇ ਮੰਤਰੀ ਨੇ, ਕੈਬਨਿਟ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ। ਤੀਜਾ ਪੰਜਵਾਂ ਬੰਦਾ ਨੇ ਸਾਂਝਾ ਬੰਦਾ ਲਿਆ ਸੀ ਹਰੀਆਂ ਵਾਲੇ ਨਿਹੰਗ ਸਿੰਘ, ਜਿਹੜੇ ਬਾਬਾ ਹਰੀਆਂ ਵਾਲੇ, ਉਹਨਾਂ ਦਾ ਇੱਕ ਬੰਦਾ ਇੱਕ ਨੁਮਾਇੰਦਾ ਉਹ ਭੇਜਿਆ ਕਰਨਗੇ ਮੀਟਿੰਗ ਦੇ ਵਿੱਚ। ਹਾਂਜੀ, ਇਹ ਮੀਟਿੰਗਾਂ 3-4 ਹੋਈਆਂ ਜਿਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਮੀਟਿੰਗਾਂ ਹੋਈਆਂ, ਲੇਕਿਨ ਮੀਟਿੰਗਾਂ ਦੇ ਵਿੱਚ ਤੈਅ ਨਹੀਂ ਬਹਿੰਦੀ ਰਹੀ ਵੀ ਅਸੀਂ ਕਿਵੇਂ ਸਮਾਗਮ ਕਰਨਾ ਕਿਵੇਂ ਨਹੀਂ ਕਰਨਾ, ਕਿਉਂਕਿ ਇੱਥੇ ਸ਼ਰਧਾ ਘੱਟ 'ਚ ਸਿਆਸਤ ਜ਼ਿਆਦਾ ਸੀ, ਸੇਵਾ ਨੂੰ ਸਿਆਸਤ ਨਾਲ ਰਲਗਟ ਕਰਨਾ ਜਿਹੜਾ ਸੀ ਇਹਨਾਂ 'ਚ ਆਪਸੀ ਤੈਅ ਨਹੀਂ ਸੀ ਬਹਿੰਦੀ ਜੀ। ਕਿਉਂਕਿ ਪਹਿਲੇ ਦਿਨ ਝਗੜਾ ਉਸ ਵੇਲੇ ਹੋ ਗਿਆ, ਉਸ ਵੇਲੇ ਇਹਨਾਂ ਦੀ ਆਪਸੀ ਜਿਹੜੀ ਸੀ ਤਤਕਾਰ ਹੋ ਗਿਆ ਵੀ ਜਦੋਂ ਇਹਨਾਂ ਨੇ ਕਿਹਾ ਵੀ ਜਿਸ ਵੀ ਸ਼ਖਸੀਅਤ ਨੂੰ, ਵੱਡੀ ਸ਼ਖਸੀਅਤ ਨੂੰ ਇੱਕ ਸੱਦਾ ਪੱਤਰ ਦੇਣ ਦਿੱਤਾ ਜਾਵੇਗਾ ਤਾਂ ਇਹ 5 ਮੈਂਬਰੀ ਕਮੇਟੀ ਜਾਏਗੀ। ਲੇਕਿਨ ਇੱਕ ਪਾਸੇ ਤੁਸੀਂ ਇਹ ਆਪਣਾ ਮਤਾ ਪਾਸ ਕਰਨ ਲਈ ਮੀਟਿੰਗ ਦੇ ਵਿੱਚ, ਅਗਲੇ ਦਿਨ ਜਿਹੜਾ ਸੀ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਲੌਂਗੋਵਾਲ, ਗੋਬਿੰਦ ਸਿੰਘ ਲੌਂਗੋਵਾਲ ਨੂੰ ਫੋਨ ਕਰਕੇ ਦਿੱਲੀ ਬੁਲਾ ਲਿਆ ਤੇ ਪ੍ਰਧਾਨ ਮੰਤਰੀ ਨੂੰ ਜਿਹੜੀ ਸੀ ਆਪਣੇ ਲੈਵਲ ਤੇ ਜਿਹੜਾ ਸੱਦਾ ਪੱਤਰ ਦੇਣ ਗਏ। ਹਾਂਜੀ, ਜਿਹਦੇ ਕਰਕੇ ਪੰਜਾਬ ਸਰਕਾਰ ਨੇ ਥੋੜ੍ਹਾ ਜਿਹਾ ਬੁਰਾ ਮਨਾਇਆ। ਜਿਹੜੀ ਅਗਲੀ ਮੀਟਿੰਗ ਹੋਈ ਉਸ ਤੋਂ ਬਾਅਦ ਇਹ ਫਿਰ ਰਾਸ਼ਟਰਪਤੀ ਦੇਣ ਚਲੇ ਗਏ। ਪੰਜਾਬ ਸਰਕਾਰ ਨੇ ਫਿਰ ਕਿਹਾ ਵੀ ਤੁਸੀਂ ਠੀਕ ਨਹੀਂ ਕਰ ਰਹੇ, ਜਿਹੜਾ ਤੁਹਾਡਾ ਆਪਣਾ ਪ੍ਰੋਟੋਕਾਲ ਸੀ ਜਿਹੜਾ ਆਪਾਂ ਫੈਸਲਾ ਕੀਤਾ ਸੀ ਉਹਦਾ ਤੁਸੀਂ ਉਲਟ ਚੱਲ ਰਹੇ ਹੋ ਜੀ। ਹੁਣ ਹੁਣ ਫਿਰ ਇਹਨਾਂ ਨੇ ਕਿਹਾ, ਜਹਿਦਾਰ ਸਾਹਿਬ ਨੇ ਕਿਹਾ ਵੀ ਠੀਕ ਹੈ ਅਸੀਂ ਫਿਰ ਵੀ ਚਾਹੁੰਦੇ ਵੀ ਰਲ ਕੇ ਮਨਾਇਆ ਜਾਵੇ। ਜਿਹੜੀ ਇਹਨਾਂ ਦੀ ਹੁਣ ਕੱਲ ਮੀਟਿੰਗ ਹੋਈ ਆ ਜੀ, ਜਿਹੜੇ ਪੰਜਾਬ ਸਰਕਾਰ ਦੇ ਨੌਜਵਾਨਾਂ ਨਾਲ ਜਹਿਦ ਅਕਾਲ ਤਖ਼ਤ ਨਾਲ, ਉਹਨਾਂ ਨੇ ਇੰਨੀ ਗੱਲ ਕਹੀ ਆ ਵੀ 52 ਕਰੋੜ ਰੁਪਈਆ ਲਾ ਕੇ ਸਰਕਾਰ ਨੇ ਟੈਂਟ ਸਿਟੀ ਬਣਾ ਦਿੱਤਾ ਤੇ ਸਟੇਜ ਬਣਾ ਦਿੱਤੀ ਆ, ਅਸੀਂ ਚਾਹੁੰਦੇ ਹਾਂ ਵੀ ਇਸ ਸਟੇਜ ਦੇ ਉੱਤੇ ਜਹਿਦ ਅਕਾਲ ਤਖ਼ਤ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਆ ਜਿਹੜਾ ਸੀ ਸਾਰਾ ਸਮਾਗਮ ਹੋਵੇ ਤੇ ਤੁਸੀਂ ਸੰਭਾਲੋ। ਹਾਂਜੀ, ਇਹਦੇ ਵਿੱਚ ਉਹਨਾਂ ਕਿਹਾ ਵੀ ਜਿਹੜਾ ਕੋਈ ਬੁੱਧੀਜੀਵੀ ਵਰਗ ਦਾ ਬੰਦਾ ਵਾ ਉਹਨੂੰ ਤੁਸੀਂ ਇੱਕ ਸਾਂਝੇ ਰੂਪ ਵਿੱਚ ਸਟੇਜ ਸੈਕਟਰੀ ਬਣਾ ਲਓ ਤੇ ਸਿਰਫ ਉਸ ਸਟੇਜ ਤੋਂ ਜਿਹੜੀ ਸੀ ਜਿਹੜੀਆਂ ਧਾਰਮਿਕ ਸ਼ਿਕਸ਼ਾ ਬੋਲਣ ਤੇ ਜਿੰਨੇ ਵੀ ਸਿਆਸੀ ਆਗੂ ਭਾਵੇਂ ਕਿਸੇ ਵੀ ਅਹੁਦੇ ਤੇ ਨੇ ਉਹ ਪੰਡਾਲ ਵਿੱਚ ਸੰਗਤਾਂ ਵਿੱਚ ਬੈਠਣ। ਹਾਂਜੀ, ਇਹਦੇ ਤੇ ਗੱਲਬਾਤ ਚੱਲ ਰਹੀ ਹੈ, ਜੇ ਫਾਈਨਲ ਜੋ ਹੋਈ ਨਹੀਂ, ਲੇਕਿਨ ਉਮੀਦ ਕੀਤੀ ਜਾ ਰਹੀ ਹੈ ਵੀ 21 ਅਕਤੂਬਰ ਨੂੰ ਇੱਕ 5 ਸਿੰਘ ਸਭ ਦੀ ਮੀਟਿੰਗ ਆ, ਸ਼ਾਇਦ ਉਹਦੇ ਵਿੱਚ ਕੋਈ ਨਵਾਂ ਆਦੇਸ਼ ਆ ਜਾਵੇ। ਲੇਕਿਨ ਕੱਲ ਮੁੱਖ ਮੰਤਰੀ ਹੋਰਾਂ ਨੇ ਗੱਲ ਕੀਤੀ ਆ ਜਹਿਦ ਅਕਾਲ ਤਖ਼ਤ ਨਾਲ ਆਪ ਫੋਨ ਦੇ ਉੱਤੇ, ਉਹਨਾਂ ਕਿਹਾ ਜੀ ਸਾਡੇ ਵੱਲੋਂ ਖੁੱਲੀ ਛੁੱਟੀ ਆ, ਤੁਸੀਂ ਜੋ ਵੀ ਹੁਕਮ ਕਰੋਗੇ ਅਸੀਂ ਤਿਆਰ ਹਾਂ। ਉੱਥੇ ਪੱਤਰਕਾਰ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਨਾਰਾਜ਼ ਆ, ਉਹਦੇ ਤੇ ਲੌਂਗੋਵਾਲ ਸਾਹਿਬ ਦਾ ਬਿਆਨ ਆ ਗਿਆ ਵੀ ਅਸੀਂ ਕਹਿੰਦੇ ਜਿਹੜੀ ਸਟੇਜ ਅਸੀਂ ਬਣਾ ਰਹੇ ਹਾਂ 9 ਕਰੋੜ 26 ਲੱਖ ਦੀ, ਤੁਸੀਂ ਉਹਦੇ ਤੇ ਆ ਕੇ ਫਿਰ ਅਸੀਂ ਆਪਾਂ ਸਾਂਝੇ ਰੂਪ ਚ ਮਨਾਈਏ। ਇਹ ਹੁਣ ਫੈਸਲਾ ਜਹਿਦਾਰ ਸਾਹਿਬ ਨੇ 21 ਤਰੀਕ ਨੂੰ ਕਰਨਾ ਵੀ ਇਹ ਸਾਂਝੇ ਰੂਪ ਚ ਮਨਾਇਆ ਜਾਣਾ, ਕਿਹੜੀ ਸਟੇਜ ਤੋਂ ਮਨਾਇਆ ਜਾਣਾ, ਕਿਵੇਂ ਕਿਵੇਂ ਮਨਾਇਆ ਜਾਣਾ, ਉਹ ਆਪਣੀ ਰੂਪ ਰੇਖਾ 21 ਅਕਤੂਬਰ ਨੂੰ ਦੱਸਣਗੇ ਜੀ। ਹਾਂਜੀ, ਕਿਉਂਕਿ ਜਿੱਦਾਂ ਜਿਹੜੀ ਸਟੇਜ ਜਿਹੜਾ ਪੰਡਾਲ ਹੈਗਾ ਉਹਦੇ ਤੇ 9 ਕਰੋੜ ਤੋਂ ਜ਼ਿਆਦਾ ਜਿਹੜਾ ਖਰਚ ਹੋਣਾ ਆ ਜਿਹੜੀ ਕੰਪਨੀ ਨੇ,
नोएडा की कंपनी ने जिहड़ी स्टेज बनाउणी हैगी आ उहदा मतलब जिहड़ा ठेका आ स्टेज बनाउणे दा उह श्रोमणी कमेटी ने दिता हैगा आ उह उहनां ने अपने वल्लों दिता कि नाल सुखबीर सिंह बादल दे जिहड़े हैगे आ उहनां दा वी विच इहदा हत्थ हैगा जां साडे जिहड़ी पंजाब सरकार सी एम हैगे आ कैप्टन जी उहनां दा मतलब कोई सांझ हैगी आ ਜਿਹੜੀ ਮੇਰੀ ਸੂਚਨਾ ਦੇ ਮੁਤਾਬਕ ਜਿਹੜੀ ਪੰਜਾਬ ਸਰਕਾਰ ਦਾ ਉਹਨਾਂ ਲੈਣਾ ਤੇ ਉਹਨੇ ਕੋਈ ਨਹੀਂ ਕੋਈ ਪੰਜਾਬ ਸਰਕਾਰ ਨੇ ਆਪਣੀ ਵੱਖਰੀ ਸਟੇਜ ਬਣਾ ਬਣਾ ਕੇ ਦਿੱਤੀ ਹੈ ਠੀਕ ਵੀ ਤੁਸੀਂ ਇੱਥੇ ਬਣਾਓ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਸੁਖਬੀਰ ਸਿੰਘ ਬਾਦਲ ਦੀ ਪਰਮਿਸ਼ਨ ਤੋਂ ਬਗੈਰ ਤੇ ਸ਼੍ਰੋਮਣੀ ਕਮੇਟੀ ਵਿੱਚ ਪੱਤਾ ਨਹੀਂ ਹਿਲਦਾ ਤੇ ਇਹ ਕਿਵੇਂ ਹੋ ਸਕਦਾ ਵੀ ਉਹਨਾਂ ਦੀ ਪਰਮਿਸ਼ਨ ਤੋਂ ਬਗੈਰ ਇਹ ਠੇਕਾ ਦਿੱਤਾ ਗਿਆ ਹੋਵੇ ਠੀਕ ਅਫਸੋਸ ਇਸ ਗੱਲ ਦਾ ਵਾ 9.26 ਕਰੋੜ ਦਾ ਠੇਕਾ ਦਿੱਤਾ ਤੇ 4 ਕਰੋੜ ਰੁਪਈਆ ਉਸ ਕੰਪਨੀ ਨੂੰ ਅਦਾ ਵੀ ਕਰ ਦਿੱਤਾ ਗਿਆ ਜੇ ਉਹਨਾਂ ਨੂੰ ਅਦਾ ਕਰ ਦਿੱਤਾ ਗਿਆ ਤੇ ਫਿਰ ਕਿਵੇਂ ਕਹਿ ਸਕਦੇ ਵੀ ਸਟੇਜ ਨਾ ਬਣੇ ਸਟੇਜ ਹੁਣ ਇਹਨਾਂ ਦੀ ਵੀ ਬਣੇਗੀ ਉਹਨਾਂ ਦੀ ਬਣੇਗੀ ਇਹ ਫਾਈਨਲ ਕੀ ਹੁੰਦਾ ਵਾ ਕੀ ਨਹੀਂ ਹੁੰਦਾ ਇਹ ਤੇ ਹੁਣ 21 ਤੋਂ ਬਾਅਦ ਪਤਾ ਲੱਗੇਗਾ ਜੀ ਹਾਂਜੀ ਕਿਉਂਕਿ ਇਹਦੇ ਵਿੱਚ ਹਜੇ ਵੀ ਕਾਫੀ ਗੜਬੜੀ ਹੈਗੀ ਆ ਕਿ ਪਤਾ ਨਹੀਂ ਕਿਹੜੇ ਪਾਸੇ ਬਈ ਕੀ ਹੋ ਰਿਹਾ ਆ ਮਤਲਬ ਪੂਰੀ ਜਿਹੜੀ ਜਾਣਕਾਰੀ ਸਾਹਮਣੇ ਨਹੀਂ ਆਈ ਹਜੇ ਦਰਸ਼ਕਾਂ ਨੂੰ ਅਸੀਂ ਇਹ ਦੱਸ ਦਈਏ ਕਿ ਇਹਦੀ ਹਾਂਜੀ ਮੇਰੀ ਬੇਨਤੀ ਸੁਣੋ ਜੀ ਮੈਂ ਜਿਹੜੀ ਮੇਰੀ ਕੱਲ ਜਹੇਦਰ ਕਾਲ ਤੱਕ ਦੇ ਉੱਤੇ ਜਿਹੜੇ ਬੰਦੇ ਮੌਜੂਦ ਸੀ ਜਿਨ੍ਹਾਂ ਦੇ ਸਾਹਮਣੇ ਗੱਲ ਹੋਈ ਮੁੱਖ ਮੰਤਰੀ ਨਾਲ ਜੀ ਉਹਨਾਂ ਦਾ ਕਿਹਾ ਸੀ ਵੀ ਮੁੱਖ ਮੰਤਰੀ ਨੇ ਕਿਹਾ ਵੀ ਜੋ ਵੀ ਜਥੇਦਾਰ ਕਾਲ ਤੱਕ ਦਾ ਹੁਕਮ ਹੋਏਗਾ ਅਸੀਂ ਉਹਨੂੰ ਪ੍ਰਵਾਨ ਕਰਾਂਗੇ ਲੇਕਿਨ ਉਹਨਾਂ ਦੇ ਮੰਤਰੀ ਦੇ ਬਾਹਰ ਨਿਕਲ ਕੇ ਕਿਹਾ ਸੀ ਵੀ 52 ਕਰੋੜ ਦੀ ਅਸੀਂ ਜਿਹੜੀ ਸਟੇਜ ਲਾ ਇੰਟੈਂਸਿਟੀ ਬਣਾਤਾ ਨਾ ਸਟੇਜ ਬਣਾਤੀ ਤੇ ਇਸ ਸਟੇਜ ਤੇ ਜਿਹੜੇ ਤੁਸੀਂ ਆਓ ਸਮਾਗਮ ਕਰੋ ਕਿਉਂਕਿ ਜਿਹੜਾ ਤੁਸੀਂ 9.26 ਕਰੋੜ ਖਰਚ ਕਰ ਰਹੇ ਹੋ ਤੁਸੀਂ ਉਹ ਲੋਕਾਂ ਦੀ ਸੇਵਾ ਵਾਸਤੇ ਇਹ ਸੰਗਤਾਂ ਦਾ ਸ਼ਰਧਾ ਦਾ ਪੈਸਾ ਵਾ ਇਹ ਧਰਮ ਦੇ ਵਿਕਾਸ ਵਾਸਤੇ ਗਰੀਬਾਂ ਦੀ ਉਸ ਵਿਕਾਸ ਵਾਸਤੇ ਖਰਚ ਕੀਤਾ ਜਾਵੇ ਨਾ ਕਿ ਟੈਂਸ਼ਨ 'ਚ ਕੀਤਾ ਜਾਵੇ ਮਿਸੇਜ 'ਤੇ ਕੀਤਾ ਜਾਵੇ ਹਾਂਜੀ ਕਿਉਂਕਿ ਇਹ ਜਿਹੜੀ ਉਹਨਾਂ ਨੇ ਗੱਲ ਕਹੀ ਹੈਗੀ ਆ ਕਿ 9.26 ਕਰੋੜ ਦਾ ਜਿਹੜਾ ਹੈਗਾ ਆ ਦੇਖੋ ਕਿਸਾਨਾਂ ਦੇ ਜਾਂ ਜਿਹਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਇਹ ਤੁਸੀਂ ਉਹਨਾਂ ਉੱਦਾਂ ਦੇ ਜਾਂ ਜਿਹੜੇ ਗਰੀਬ ਹੈਗੇ ਉਹਨਾਂ 'ਚ ਵੰਡਿਆ ਜਾਵੇ ਤਾਂ ਉਹ ਵੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਅਸੀਂ ਪੁਰਬ ਮਨਾ ਰਹੇ ਹਾਂ ਪ੍ਰਕਾਸ਼ ਪੁਰਬ ਉਹਦੇ ਵਿੱਚ ਸ਼ਾਮਿਲ ਹੋ ਜਾਏਗਾ ਅਤੇ ਉਹ ਵੀ ਇੱਕ ਨਾਂ ਬਣ ਜਾਊਗਾ ਲੇਕਿਨ ਸਾਡੀਆਂ ਜਿੱਦਾਂ ਕਿ ਤੁਸੀਂ ਗੱਲ ਕਰ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਹੈਗੇ ਉਹ ਇਹ ਆ ਕਿ ਅਸੀਂ ਮੋਹਰੇ ਕਿਨੇ ਹੋਣਾ ਆ ਉਸ ਦਿਨ ਬੋਲਣਾ ਕਿਨੇ ਆ ਕਿਹਦਾ ਨਾਂ ਆਵੇ ਇਹਦੇ ਵਿੱਚ ਜੁਟੀਆਂ ਆ ਹਾਂਜੀ ਮੈਂ ਤੁਹਾਨੂੰ ਪਹਿਲਾਂ ਕਹਿਤਾ ਜੀ ਇਹ ਜਿਹੜੀ ਆ ਇਹ ਸ਼ਰਧਾ ਨਹੀਂ ਸਿਆਸਤ ਆ ਹਾਂਜੀ ਜੇ ਸਿਆਸਤ ਖਤਮ ਹੋ ਜਾਵੇ ਸ਼ਰਧਾ ਇਕੱਲੀ ਹੋ ਜਾਵੇ ਤੇ ਫਿਰ ਕੋਈ ਝਗੜਾ ਰਗੜੇ ਨਾ ਰਵੇ ਇਹ ਕੰਮ ਸੇਵਾ ਦਾ ਵਾ ਸਿਆਸਤ ਦਾ ਨਹੀਂ ਇਹ ਜਹੇਦਾਰ ਸਿੰਘ ਨੇ ਕੱਲ ਕਿਹਾ ਵਾ ਵੀ ਇਹ ਸੇਵਾ ਦੇ ਕੰਮ ਵਿੱਚ ਸਿਆਸਤ ਰਲਗੜ ਨਾ ਕੀਤੀ ਜਾਵੇ ਤੇ ਰਲਗੜ ਕੌਣ ਕਰ ਰਿਹਾ ਵਾ ਉਹ ਸਭ ਦੇ ਸਾਹਮਣੇ ਆ ਜੀ ਹਾਂਜੀ ਜਿੱਦਾਂ ਕਿ ਇਹ ਵੀ ਸੁਣਨ ਨੂੰ ਆਇਆ ਕਿ ਜਿਹੜੇ ਪੰਡਾਲ ਦੇ ਵਿੱਚ ਕਿਹਾ ਹੈਗਾ ਕਿ ਜਿਹੜੇ ਸਿਰਫ ਤਾਕਤ ਦੇ ਜਿਹੜੇ ਜਥੇਦਾਰ ਹੈਗੇ ਆ ਉਹਨਾਂ ਨੂੰ ਬੈਠਣ ਦੇ ਦਾ ਮਤਲਬ ਮੌਕਾ ਮਿਲੇਗਾ ਉਹੀ ਬੈਠਣੇ ਚਾਹੀਦੇ ਅਤੇ ਬਾਕੀ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਹੈਗਾ ਕਿ ਜਿਹੜੇ ਬਾਕੀ ਲੋਕੀ ਹੈਗੇ ਉਹਨਾਂ ਨੂੰ ਆਮ ਸੰਗਤ ਦੇ ਨਾਲ ਬੈਠਣਾ ਚਾਹੀਦਾ ਆ ਵੈਸੇ ਇਹਦੇ ਬਾਰੇ ਵਿੱਚ ਤੁਸੀਂ ਹੋਰ ਕੀ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ 2004 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਾਬਦੀ ਬਣਾਈ ਗਈ ਸੀ ਜੀ ਜੀ ਉਸ ਟਾਈਮ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਸੀ ਸਟੇਜ ਤੇ ਕੁਰਸੀਆਂ ਬਕਾਇਦਾ ਉੱਤੇ ਲਾਈਆਂ ਗਈਆਂ ਸੀ ਤੇ ਸਾਡੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਬਕਾਇਦਾ ਤੌਰ ਤੇ ਸ਼ਮੂਲੀਅਤ ਕੀਤੀ ਸੀ ਜੀ ਲੇਕਿਨ ਉਹਨਾਂ ਦਿਨਾਂ ਵਿੱਚ ਬਾਦਲ ਪਰਿਵਾਰ ਦੀ ਤੇ ਕੈਪਟਨ ਪਰਿਵਾਰ ਦੀ ਆਪਸ ਵਿੱਚ ਪੂਰੀ ਖੜਕਦੀ ਸੀ ਤੇ ਕੈਪਟਨ ਬਾਦਲਾਂ ਦਾ ਕਬਜ਼ਾ ਹੋਣ ਕਰਕੇ SCPC ਦੇ ਉੱਤੇ ਇਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਸਟੇਜ ਤੇ ਨਹੀਂ ਲਾਈ ਸੀਗੀ ਜੀ ਬਾਕੀ ਸਾਰੇ ਲੱਲੂ ਪੰਜੂ ਨੇ ਲਾਤੀ ਸੀ ਇਹਨਾਂ ਨੇ ਲਾਈ ਸੀ ਜਦੋਂ ਮੁੱਖ ਮੰਤਰੀ ਸਾਹਿਬ ਆਏ ਤੇ ਉਹ ਚੁੱਪ ਕਰਕੇ ਜਾ ਕੇ ਪੰਡਾਲ 'ਚ ਬੈਠ ਗਏ ਜੀ ਪੰਡਾਲ 'ਚ ਬੈਠਣ ਤੋਂ ਬਾਅਦ ਜਦੋਂ ਡਾਕਟਰ ਮਨਮੋਹਨ ਸਿੰਘ ਨੇ ਵੇਖਿਆ ਵੀ ਮੁੱਖ ਮੰਤਰੀ ਥੱਲੇ ਬੈਠੇ ਤੇ ਉਹਨਾਂ ਬਕਾਇਦਾ ਤੌਰ ਤੇ ਕਿਹਾ ਕੁਰਸੀ ਜਾਓ ਵੀ ਮੇਰੇ ਬਰਾਬਰ ਰਹਿਣਗੇ ਨਹੀਂ ਤੇ ਮੈਂ ਵੀ ਥੱਲੇ ਚੱਲਿਆ ਮੇਰਾ ਕਹਿਣ ਤੋਂ ਭਾਵ ਵੀ ਇੰਨੀ ਈਰਖਾ ਨਹੀਂ ਹੋਣੀ ਚਾਹੀਦੀ ਜੇ ਬਾਕੀ ਸਾਰੇ ਬੈਠੇ ਤੇ ਮੁੱਖ ਮੰਤਰੀ ਦਾ ਤੁਸੀਂ ਜਿਹੜੇ ਦੋਹਰੇ ਮਾਪਦੰਡ ਕਿਉਂ ਬਣਾ ਰਹੇ ਹੋ ਇੱਥੇ ਹੁਣ ਕੁਰਸੀਆਂ ਨਹੀਂ ਲੱਗਣੀਆਂ ਕਿਉਂ ਇੱਥੇ ਸਟੇਜ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਣਾ ਤੇ ਪ੍ਰਕਾਸ਼ ਦੇ ਕੋਲੇ ਤੁਸੀਂ ਉੱਦਾਂ ਸਟੇਜ ਤੇ ਬੈਠ ਸਕਦੇ ਹੋ ਕੁਰਸੀ ਨਹੀਂ ਲੱਗੇਗੀ ਜੀ ਹੁਣ ਤੁਸੀਂ ਦੇਖੋ ਨਾ ਅੱਗੇ ਤਾਂ ਰਗੜਾ ਪਿਆ ਜਿਹੜਾ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਇੱਕ 550 ਜਿਹੜੇ ਜਥੇ ਲੈ ਕੇ ਕਹਿੰਦਾ ਕੀਰਤਨ ਕਰਾਇਆ ਵਾ ਉਹਦੇ ਵਿੱਚ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਜਥੇ ਅੱਗੇ ਕੋਈ ਥੋੜੇ ਸੀ ਪਿਛਲੇ ਪਾਸੇ ਪਾਠੀ ਬਾਏ ਸੀ ਫਿਰ ਬੱਚੇ ਬਾਏ ਸੀ ਹਰਸ਼ ਪਬਲਿਕ ਸਕੂਲ ਦੇ ਤੇ ਉਹਨਾਂ ਨੇ 550 ਪੂਰੇ ਕਰ ਲਏ ਚੰਗੀ ਗੱਲ ਆ ਕੀਤਾ ਚੰਗੀ ਗੱਲ ਆ
लेकिन मर्यादे दे तो जड़ा ही है उत्थे हमेशा कीर्तन जड़ा वा वह धरती दे बैठ के पंडाल च बैठ के सुने जाता वा। जी तुसी कुर्सी लाई है बकाया तौर पर बह कुर्सी वीआईपी ए दी है वीपीआई दी वीआईपी दी कुर्सी मतलब उत्थे की होया। फिर दूसरी चीज तुसी सारयां नूं जिहड़ियां दस्तारां जिहड़ियां भंगियां बिठाईयां बनाईयां जिथों संकेत मिलता सी भी यह श्रोमणी दा अकाली दल जां दिल्ली कमेटी का फंक्शन नहीं है, यह आर एस का फंक्शन आ। ते सरसा साहब नूं साडी बेनती आ टिकट तुहानूं मिले ना मिले वह बाद की गल, लेकिन मर्यादा की पहला जिहड़ी आ उहदा तुसी पहरा दिओ चंगे रहोगे। हाँ जी, क्योंकि जिदा तुसी दस्या हैगा कि दिल्ली दे विच जो नगर की मतलब जो कीर्तन होया ते उत्थे कुर्सियां ला के बैठे हैगे आ, क्योंकि सानू इहदा बहुत ख्याल रखना चाहिदा कि जिहड़ी सिक्खी दे विच कोई होर विघन ना पवे। जिदा कि तुसी कहा कि ओह सिक्खी दे नालों जिहड़े जिहड़े बाकी जिहड़े हैगे आ लोकी पर उहनां दा। अफसोस है परमिंदर जी, अपने आप नूं मर्यादा प्रशोधन दसण वाले सिरसा साहब जी गलती करदे, दिल्ली कमेटी दे प्रधान, जी फिर अकाल तख्त के जथेदार नूं चाहीदा वी बिना किसी देरी तो सादक स्पष्टीकरण लैके ते वह जे उहदी गलती बन जाए तो खिलाफ कार्रवाई की जाए। क्योंकि देवे कौन साहब जी नूं आखे तू इंजन इंज कर हाँ जी, जी। क्योंकि क्योंकि जिदा तुसी कहा कि जिहड़ी गलती हैगी आ जदों उदों ही उहनूं फड़ लिया जावे तां उह लोकां दे दे नाल जिहड़े कि लोकां दे दिलां दे विच गुस्सा हुंदा हैगा कि लोकी कुछ कर तां नहीं सकदे, लेकिन इह श्रोमणी प्रबंधक जिहड़ी कमेटी हैगी उहनां दा वी फर्ज़ बनदा आ कि जिहड़ियां गलतियां आ उहनां नूं सद के उहनां नूं सुधारिया जावे, नहीं तां क्योंकि फिर लोकां नूं अग्गे होर मौका मिल जांदा कि पिछे असीं आ करिया सी उह तों फिर होर दुबारा लोकी जिहड़े सिक्खी नूं उह ढा ला रहे आ। पहला ही तुहानूं पता है कि जिहड़े दरबार साहब का जिहड़ा नक्शा आ उहनां ने एक मंदिर बनाया हैगा आ, ते इस तरह अगे अगे काफ़ी जिहड़ी प्रॉब्लम आ होगियां साडे लई। एक च परमिंदर जी मैं थोड़ा नाल होर जोड़ दिया, जी जेड़ी की तरीक नूं पंज सिंह साहब की मीटिंग हो रही है, चर्चा यह है भी दो व्यक्तियों के केसा के उत्ते विचार किया जाएगा। जी हुण तक करीब करीब अकाल तख्त तो 20 व्यक्ति 500 छेके जा चुके ने, ते एक अकाल तख्त तो मैं ही सुझा दिता सी सिंह साहब नूं भी सिंह साहब जी एक काम करो 550 सादा दे उत्ते कई चंगे करैक्टर वाले जिन्हां दी 2-4 साल सजावां रह जांदियां ने, हाँ जी सरकार भी यहोजे मौकियां दी जिहड़ी कैदी रिहा कर दिंदी है, तुसीं इहोजा उपराला करो। ते जथेदार साहब ने कहा सी भी जे सानूं कोई एप्लीकेशन देवेगा तां असीं उत्ते विचार जरूर करांगे। हाँ जी अज दो एप्लीकेशन उत्थे आईयां ने, एक नहीं आईयां कई आ चुकियां ने। एक आई आ चरणजीत सिंह चड्ढा जिन्हां दी इक अश्लील वीडियो, अश्लील कह सकदे आ जां नहीं कह सकदे, लाड़ियां जी करदी हैगी सी परमिंदर जी अपनी उह वीडियो उह सीगी, ते दूसरी वीडियो अश्लील आई सी एक अकाली आगू तक्कड़ अकाली आगू सुच्चा सिंह लगा दी जी जिहदे उत्ते बड़ा बवाल होया सी। बवाल होण तों बाद जिहड़ा सी सुच्चा सिंह लंगा उहनूं 500 छिक दित्ता गया सी, श्रोमणी कमेटी तों अस्तीफा लै लिया सी और उहनां नूं श्रोमणी अकाली दल चों कढ दित्ता गया सीगा। जी हुण उह प्ली की लै रहा, उह प्ली इह लै रहा भी मैनूं अदालत ने अपने केस चों बरी करता ते अकाल तख्त भी मेरे केस से सोचे, लेकिन अकाल तख्त का शब्द यह आ भी वेखो जेड़ा कुछ तुसीं कीता वह लोगों ने नंगियां अखां नाल वेख्या सब कुछ, इस करके पहला तुसीं अपनी गलती तस्लीम करो तो फिर अकाल तख्त विचार कर सकता वा। हाँ जी हुण मेरी इनफॉर्मेशन मुताबिक कि उन्होंने अपनी गलती तस्लीम कर ली आ, लेकिन चरणजीत सिंह चड्ढा तो सुच्चा सिंह लगा का केस वक्खो वक्खरा वा, क्योंकि सुच्चा सिंह लगा नूं 500 छेकिया होया वा, जी चड्ढे नूं छेकिया नहीं गा। सिर्फ उहदे ते बैन लाया सी भी 2 साल तुसीं किसी भी धार्मिक समाजिक समागम च नहीं जाना, राष्ट्रीय समागम च नहीं जाना जी, लेकिन उन्होंने पिछे जे कारगुजारी जिहड़ी कीती है गुरु घर दे विच सेवा उहदे काफ़ी कीती, घट्टो घट 4-5 करोड़ रुपया अपनी जेब चों खर्च करके जिहड़ी सेवा कीती आ, ते उहनां नूं मुड़ के अमृत छकाया गया। जदों अकाल तख्त ने उहनूं अमृत छकाता ते कसूर कित्थे जा गया फिर उहनां दा? हाँ जी फिर भी उहनां ने अपनी एप्लीकेशन दित्ती आ जी। मेरी टन्योर भावे जनवरी च पूरी होने लगी आ, लेकिन 550 साल मुख रखदा मेरी जिहड़ी आ जिहड़ी एप्लीकेशन ते विचार कीता जावे ते मैनूं राह दित्ती जावे, ते पॉसिबिलिटी भी चड्ढा साहब नूं राहत मिल जाए, जिहड़ी लंगाह साहब उहनां नूं ऐसे राहत दे दित्ती ते उहदा जिहड़े समागम उहनां दा जिहड़ा रूपरेखा उह वक्खरी हो जाएगी, लोक उस पासे तुर पैणगे समागम नूं भुल जाणगे, इस करके मेरे ख्याल उह जिहदा गलती नहीं करनगे। हाँ जी ये बहुत वधिया खबर हैगी आ, चलो जिन्हां ने अपनियां सजावां भी भुगतियां हैगियां ते जिन्हां ने सेवा भी कीती हैगी उहनां नूं कुछ ना कुछ तां जरूर मिलना चाहीदा आ। ते हुण जी असीं
थोड़ा जहा मतलब ब्रेक वाल भी जाना हैगा ते एक न्यूज़ थोड़े तो खास लैनी हैगी आ तां उह तों बाद फिर तुहानू फतेह बुलावांगे। ते इह जिहड़ा एक सरकार ने कहिंदे जिहड़े 15 सिखां नू मारन वाले पुलिस वालियां नू छड्डण कहिंदे छड्डण लई मंजूरी दे दित्ती आ, जिहड़े कहिंदे सी 15 सिखां नू मारन वाले जिहड़े पुलिस वाले सीगे, ते उहनां बारे थोड़ा जहा सानू दस्सो। एक्चुअली बेसिकली जी ये 47 बंदे ने, अच्छा जी, एक नहीं 47 बंदे ने, इन्हां दे विच पुलिस दे केस नूं सजावां होईआं ते उन्हां दे अपर कोर्ट जाण करके उन्हां नूं जिहड़ी ओह राहत मिली आ हाई कोर्ट तों जी, बेल होई उन्हां दी, इस करके भावें बाहर ने लेकिन उन्हां नूं इह आ वी कल नूं फिर सजा हो सकदी आ। इन्हां बंदिआं दे विचों 5 बंदिआं नूं छड्डिआ जा रिहा, पहिलां इक हरजीत सिंह दा मामला सी कि 1992-93 जिहड़ा कतल कीता सी इन्हां ने पुलिस ने, जी ओह बंदे सरकार ने छड्डे, हुण इह 5 बंदिआं नूं होर छड्ड रहे ने जिहड़े उहदे च आपां शामिल सी जसवंत सिंह खलड़ा केस दे विच, जिन्हें उदों जिहड़ा सी ओह जिहड़ी लाशां लवारिस लाशां जिहड़ी 2097 लभीआं सीगीआं। इसे तरह 47 बंदे दे टोटल जिन्हां बारे सरकार विचार कर रही, सारिआं नूं जिहड़ा इह छड्डिआ जावे ते केस खारिज कीते जाण। लेकिन असीं नाल चाहुंदे इक असीं नाल चाहुंदे आ वी तुसीं जी सदके इहनां नूं छड्डो, लेकिन जिहड़े सिख कैदी अपनियां सजावां पूरियां कर जाए उन्हां दा दोहरे मापदंड क्यों अपना जाए, उन्हां नूं क्यों नहीं छड्डिया जाए, उन्हां नूं छड्डो। हाँ जी, बहुत वधिया, मतलब ये हैगा कि देखो एक दे नाल तुसी वितकरा करदे आ ते दूजे नाल इस तरह करदे आ, ये वैसे मैनूं लगदा आने वाली जिहड़ियां सरकारां हैगियां उहदे ते जरूर सोचूगियां। तुहाडा पट्टी साहब जी बहुत बहुत धन्नवाद, तुसी जिहड़ा अपडेट दित्ती हैगे साडे दर्शकां नूं, ते तुहाडे नाल फिर भी संपर्क करदे ही रहिंदे आ, ते फतेह बुलाउंदे आ जी। वाहिगुरू जी का खालसा, वाहिगुरू जी की फतेह जी।